ਟਾਪ 20 ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਵਾਪਸ ਹੈ ਪਹਿਲੀ ਖਬਰ ਵੱਲ। ਰੇਲ ਮੰਤਰਾਲੇ ਨੇ ਪੰਜਾਬ ਵਿੱਚ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਪ੍ਰਕਿਰਿਆ ਅਵਿਢ ਦਿੱਤੀ ਗਈ ਹੈ। ਜਿਸ ਤਹਿਤ ਪੰਜਾਬ ਵਿੱਚ ਰੇਲ ਮਾਰਗਾ ਦੀ ਜਾਂਚ ਸ਼ੁਰੂ ਹੋ ਗਈ ਹੈ। ਉਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੇ ਫਿਟਨੈਸ ਸਰਟੀਫਿਕੇਟ ਮਿਲਣ ਮਗਰੋਂ ਕਰੀਬ 11 ਵਜੇ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਗੱਡੀਆਂ ਦੇ ਸ਼ਡਿਊਲ ਬਾਰੇ ਸਮੀਖਿਆ ਹੋਵੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਗੱਡੀਆਂ ਨੂੰ ਲਗਾ ਨਾ ਦੇਣ ਦਾ ਫੈਸਲਾ ਲਿਆ ਹੈ ਜਿਸ ਤੋਂ ਸਥਿਤੀ ਨਵਾਂ ਮੋੜ ਲੈ ਸਕਦੀ ਹੈ ਇਸ ਦਿਰ ਦੀ ਅਗਵਾਈ ਵਿੱਚ ਕਿਸਾਨ ਜੰਡਿਆਲਾ ਗੁਰੂ ਦੇ ਰੇਲਵੇ پارک ਵਿੱਚ ਡਟੇ ਹੋਏ ਹਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਪੰਨੂ ਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਉਹਨਾਂ ਵੱਲੋਂ 10 ਦਸੰਬਰ ਤੱਕ ਮਾਲ ਗੱਡੀਆਂ ਨੂੰ ਲੰਗਾ ਦਿੱਤਾ ਜਾਵੇਗਾ ਅਤੇ ਯਾਤਰੀ ਗੱਡੀਆਂ ਨਹੀਂ ਚੱਲਣ ਦਿੱਤਾ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਵਾਹਮਾਰੀ ਦੀ ਦੂਜੀ ਲਹਿਰ ਨਾਲ ਜੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਦੂਸਰੀ ਲਹਿਰ ਤੋਂ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਮੁੱਖ ਮੰਤਰੀ ਨੇ ਕੋਵਿਡ ਕੈਂਸਰ ਦੇ ਵਾਅਦੇ ਨੂੰ ਦੇਖਦੇ ਹੋਏ ਦਿੱਲੀ ਨੂੰ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜਦੋਂ ਵੀ ਦਿੱਲੀ ਨੂੰ ਲੋੜ ਪਵੇਗੀ ਉਹ ਹਾਜ਼ਰ ਹੋਣਗੇ ਪੰਜਾਬ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਨਾਲ ਖੇਡ ਰਿਹਾ ਹੈ ਜੋ ਕੇਂਦਰ ਸਰਕਾਰ ਕਹਿੰਦੀ ਹੈ ਉਸ ਤਰ੍ਹਾਂ ਦੀ ਕਰ ਰਿਹਾ ਹੈ ਇਹ ਵਿਚਾਰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਛਾਉਣੀ ਵਿਖੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਦੇ ਗ੍ਰਹਿ ਵਿਖੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਤੇ ਸਿਆਸੀ ਮਾਹੌਲ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਕੋਈ ਸਿਆਸੀ ਚੁਣੌਤੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਪੇੜ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਤੇ ਭਾਜਪਾ ਬਿਨਾਂ ਕਿਸੇ ਗੱਟ ਜੋੜ ਤੋਂ ਇੱਕ ਵੀ ਸੀਟ ਜਿੱਤਣ ਦੀ ਪੋਜੀਸ਼ਨ ਵਿੱਚ ਨਹੀਂ ਹੈ। ਪਖਤਾ ਪਾਈ ਕਾਂਡ ਵਿੱਚ ਜਾਨ ਗਵਾਉਣ ਵਾਲੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਨੂੰ ਡੇਰਾ ਸਲਾਬਤ ਪੁਰਾ ਅੱਗੇ ਰੱਖ ਕੇ ਅੱਜ ਦੂਜੇ ਦਿਨ 1500 ਦੇ ਕਰੀਬ ਡੇਰਾ ਪ੍ਰੇਮੀ ਬਰਨਾਲਾ ਬਾਜਾਖਾਨਾ ਮਾਰਗ ਤੇ ਬੈਠੇ ਰਹੇ ਮੁੰਬਈ ਦੀ ਅਦਾਲਤ ਨੇ ਕੋਮੇਡੀ ਕਲਾਕਾਰ 파ਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀ ਨੂੰ 4 ਦਸੰਬਰ ਤੱਕ ਕੈਦ ਰਖਾਤ ਵਿੱਚ ਭੇਜ ਦਿੱਤਾ ਹੈ। ਇਹਨਾਂ ਦੀ ਜ਼ਮਾਨਤ ਦੀਆਂ ਅਰਜ਼ੀਆਂ ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। 파ਰਤੀ ਸਿੰਘ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਉਸ ਦੇ ਪਤੀ ਹਰਸ਼ ਲਿੰਬਾਚੀ ਨੂੰ ਵੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਉਸ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਫਿਰੋਜ਼ਪੁਰ ਅਦੀਨ ਪਿੰਡੇ ਖੇਤਰ ਵਿੱਚ ਲਗਾਤਾਰ ਲੜਾਈ ਝਗੜੇ ਹਮਲਾ ਕਰਨ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦਿਨੋ ਦਿਨ ਵਾਧਦੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਦੇ ਅਦੀਨ ਆਉਂਦੇ ਪਿੰਡ ਮਾਹਲਮ ਵਿਖੇ ਵਾਪਰਿਆ ਹੈ ਜਿੱਥੇ ਕਾਂਗਰਸ ਪਾਰਟੀ ਦੀ ਮੌਜੂਦਾ ਸਰਪੰਚ ਦੇ ਘਰ ਵਾਲੇ ਸੁਰਜੀਤ ਸਿੰਘ ਨੇ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਵਰਕਰਾਂ ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ ਤਿੰਨ ਖੇਤੀ ਵਿਰੋਧ ਕਾਨੂੰਨਾ ਅਤੇ ਪਰ ਦੂਸ਼ਣ ਸੰਬੰਧੀ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ਵਿੱਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਲਾਮਬੰਦੀ ਲਈ ਕਿਸਾਨ ਬੀਬੀਆਂ ਨੇ ਕਮਾਂਡ ਸੰਭਾਲ ਲਈ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੱਦੇ ਤੇ ਪਿੰਡ ਮਿਠੜੀ ਬੁੱਧਗਿਰ ਦੇ ਗੱਗੜ ਵਿਖੇ ਕਿਸਾਨ ਬੀਬੀਆਂ ਵੱਲੋਂ ਵਕ-ਵਕ ਪਿੰਡਾਂ ਵਿੱਚ ਰੋ ਭਰਪੂਰ ਮੁਜ਼ਾਹਰੇ ਕੀਤੇ ਗਏ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿੱਚ ਬੇਰੋਜ਼ਗਾਰ ਪੀਟੀਆਈ ਯੂਨੀਅਨ ਦੇ ਚਾਰ ਸਾਥੀ ਬੀਐਸਐਨਐਲ ਦੇ ਟਾਵਰ ਤੇ ਚੜੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਿੱਖਿਆ ਮੰਤਰੀ ਨਾਲ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਪੋਸਟਾਂ ਨੂੰ ਲੈ ਕੇ ਮੀਟਿੰਗ ਮੰਗੀ ਜਾ ਰਹੀ ਹੈ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਅਸੀਂ ਟਾਵਰ ਤੇ ਚੜੇ ਹਾਂ है है। दिल्ली ਦੇ ਸਿਹਤ ਮੰਤਰੀ ਸੇਂਦਰ ਜੈਨ ਨੇ ਸ਼ਹਿਰ ਵਿੱਚ ਕੋਵਿਡ-19 ਨਾਲ ਮੌਤ ਦਰ ਵਿੱਚ ਵਾਧੇ ਲਈ ਪ੍ਰਾਲੀ ਸਾਰਨ ਨਾਲ ਹੋਏ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਲੀ ਸਾਰਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਦਿੱਲੀ ਵਿੱਚ ਵੱਡੀ ਸਮੱਸਿਆ ਹੈ। ਇਸ ਨਾਲ ਸਾਹ ਸੰਬੰਧੀ ਮੁਸ਼ਕਲਾਂ ਵੱਧ ਜਾਂਦੀਆਂ ਹਨ ਅਤੇ ਇਹ ਕੋਵਿਡ-19 ਤੋਂ ਪੀੜਤ ਲੋਕਾਂ ਦੀ ਬਿਮਾਰੀ ਨੂੰ ਹੋਰ ਗੰਭੀਰ ਬਣਾ ਦਿੰਦਾ ਹੈ। ਜੰਮੂ ਕਸ਼ਮੀਰ ਵਿੱਚ ਪਾਰੀ ਬਰਫਬਾਰੀ ਪੈ ਰਹੀ ਹੈ ਜਿਸ ਕਾਰਨ ਪਹਾੜ برف ਨਾਲ ਲੱਦ ਗਏ ਹਨ ਕਾਰਾਂ ਦੀਆਂ ਛੱਤਾ ਤੇ برف ਅਤੇ ਸੜਕਾਂ ਪੂਰੀ ਤਰ੍ਹਾਂ ਸਫੇਦ ਨਜ਼ਰ ਆ ਰਹੀਆਂ ਹਨ ਕਸ਼ਮੀਰ ਦੇ ਪੀਰ ਪੰਜਾਲ ਦੇ ਪਹਾੜ ਤੇ ਬਰਫਬਾਰੀ ਕਾਰਨ ਮੋਗਲ ਰੋਡ ਬੰਦ ਹੋ ਗਿਆ ਹੈ ਬਰਫਬਾਰੀ ਕਾਰਨ ਮੈਦਾਨੀ ਇਲਾਕੇ ਵਿੱਚ ਠੰਡ ਵੱਧ ਗਈ ਹੈ महाराष्ट्र डे टूर ਅਤੇ ट्रैवलर ਆਪਰੇਟਰਾਂ ਨੇ ਜੰਮੂ ਕਸ਼ਮੀਰ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਅਨਲੋਕ ਕਸ਼ਮੀਰੀ ਟੂਰਿਜ਼ਮ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸ਼ਨੀਵਾਰ ਨੂੰ ਮੁੰਬਈ ਦੇ ਲਗਭਗ 70 ट्रैवल ਆਪਰੇਟਰਾਂ ਅਤੇ ਕੁਝ ਲੇਖਕਾਂ ਅਤੇ ਪੱਤਰਕਾਰਾਂ ਨੇ ਇਸ ਸੰਬੰਧ ਵਿੱਚ ਕਸ਼ਮੀਰ ਦਾ ਦੌਰਾ ਕੀਤਾ हिमाचल प्रदेश ਵਿੱਚ ਕਰੋਨਾ ਵਾਇਰਸ ਦੇ ਵਾਧੇ ਕਾਰਨ ਦੇ ਚੱਲਦੇ ਸਰਕਾਰ ਨੇ ਕਈ پابندੀਆਂ ਲਾ ਦਿੱਤੀਆਂ ਹਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਕੈਬਨਟ ਦੀ ਅਹਿਮ ਬੈਠਕ ਵਿੱਚ ਫੈਸਲੇ ਲਏ ਹਨ ਹਿਮਾਚਲ ਸਰਕਾਰ ਨੇ ਹੁਣ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਵੀ ਲੱਗੇਗਾ कोरोना ਆਫਤ ਦਰਮਿਆਨ ਦੇਸ਼ ਦੀ ਰਾਜਸਥਾਨੀ ਵਿੱਚ ਅਪਰਾਧ ਦਾ سلسلہ ਰੁਕਣ ਦਾ ਨਾਹੀ ਨਹੀਂ ਲੈ ਰਿਹਾ ਇੱਥੇ ਆਏ ਦਿਨੀ ਕਤਲ ਹੋ ਰਹੇ ਹਨ ਹੁਣ ਦਿੱਲੀ ਦੇ ਆਨੰਦ ਨਗਰੀ ਇਲਾਕੇ ਦੇ ਸੁੰਦਰ ਨਗਰੀ ਵਿੱਚ ਸੋਮਵਾਰ ਨੂੰ ਕੋ ਜਨਪਛਾਤੇ ਬਦਮਾਸ਼ਾਂ ਨੇ ਪਾਸਪਾ ਦੇ ਨੇਤਾ ਅਤੇ ਆਰਟੀਆਈ ਵਰਕਰ ਜ਼ੁਲਫিকার ਕੁਰੇਸ਼ੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸਾਬਕਾ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਦੇ ਦੋਸ਼ੀ ਪੈਰਾ ਰੈਵਲਨ ਦੀ ਪੈਰੋਲ ਮਿਆਦ ਸੁਪਰੀਮ ਕੋਰਟ ਇੱਕ ਹਫ਼ਤੇ ਹੋਰ ਵਧਾ ਦਿੰਦੀ ਹੈ ਮੋਕਾ ਅਦਾਲਤ ਪੈਰਾ ਰੈਵਲਨ ਦੀ ਰਿਹਾਈ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਪਟੀਸ਼ਨ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੈਰਾ ਰੈਵਲਨ ਦੀ ਪੈਰੋਲ ਇੱਕ ਹਫ਼ਤੇ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਨੂੰ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਸ਼ਹਿਰ ਦੇ 38 ਚੋਂ 14 ਨਿਗਰਾਨੀ ਕੇਂਦਰਾਂ ਵਿੱਚ ਹਵਾ ਗੁਣਵੱਤਾ ਬੇਹਦ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਸਰਕਾਰੀ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ। ਕੈਨੇਡਾ ਦੇ ਸ਼ਹਿਰ ਮਿਸਿਸਾਗਾ ਵਿੱਚ ਸ਼ਨੀਵਾਰ ਸਵੇਰੇ ਕਈ ਵਾਹਨਾਂ ਵਿਚਕਾਰ ਟੱਕਰ ਹੋ ਗਈ। ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। অন্ਟਾਰੀਓ ਸੂਬੇ ਪੁਲਿਸ ਮੁਤਾਬਕ 401 ਹਾਈਵੇ ਤੇ ਸਵੇਰੇ 9 ਵਜੇ ਵਿਨਸਟਨ ਚਰਚਿਲ ਪੋਇਲਵਰਡ ਨੇੜੇ ਇਹ ਹਾਦਸਾ ਵਾਪਰਿਆ। ਅਮਰੀਕਾ ਵਿੱਚ ਨੌਕਰੀ ਵਾਲੇ ਗ੍ਰੀਨ ਕਾਰਡ ਦੀ ਲਾਈਨ ਵਿੱਚ ਖੜੇ ਭਾਰਤੀਆਂ ਦੀ ਗਿਣਤੀ ਕਾਫੀ ਵਧੀ ਹੈ। ਅਮਰੀਕਾ ਸਰਕਾਰ ਦੇ ਪਰਵਾਸੀ ਅਤੇ ਨਾਗਰਿਕਤਾ ਸੇਵਾ ਦੇ ਆંકੜਿਆਂ ਤੋਂ ਇਹ ਜਾਣਕਾਰੀ ਮਿਲੀ ਜੇਕਰ ਅਮਰੀਕਾ ਦੀ ਨੌਕਰੀ ਵਾਲੀ ਨਾਗਰਿਕਤਾ ਦੀ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਸਾਲ 2020 ਵਿੱਚ ਇਹ ਵਧ ਕੇ 12 ਲੱਖ ਨੂੰ ਪਾਰ ਕਰ ਗਈ ਭਾਰਤੀ ਅਮਰੀਕੀ ਡਾਕਟਰ ਅਤੇ ਪਾਈਚਾਰੇ ਦੇ ਨੇਤਾ ਅਜੇ ਲੋਦਾ ਦੀ ਕੋਵਿਡ-19 ਸੰਬੰਧੀ ਪਰੇਸ਼ਾਨੀ ਦੇ ਕਾਰਨ ਮੌਤ ਹੋ ਗਈ ਭਾਰਤੀ ਮੂਲ ਦੇ ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਦੇ ਸਾਬਕਾ ਪ੍ਰਧਾਨ ਦਾ ਪਿਛਲੇ 8 ਮਹੀਨਿਆਂ ਤੋਂ ਕਲਿਵਲੈਂਡ ਕਲੀਨਿਕ ਵਿੱਚ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਚੱਲ ਰਿਹਾ ਸੀ ਸੋ ਇਸਨ ਟੌਪ 20 ਨਿਊਜ਼ ਕੱਲ ਫੇਰ ਮਿਲਾਂਗੇ ਇਸੇ ਸਮੇਂ ਸੇ ਚੈਨਲ ਤੇ ਤਦ ਤੱਕ ਲਈ ਮੈਨੂੰ ਜਾਨੀਅਰ ਨੂੰ ਦਿਓ ਇਜਾਜ਼ਤ ਧੰਨਵਾਦ